ਅੱਜ ਮੈਂ ਤੁਹਾਨੂੰ ਜਿਹੜੇ ਸ਼ਹਿਰ ਬਾਰੇ ਰੌਚਕ ਜਾਣਕਾਰੀ ਦੇਣ ਜਾ ਰਿਹਾ ਹਾਂ ਇਸ ਨੂੰ ਸਪੋਰਟਸ ਦੀ ਰਾਜਧਾਨੀ ਵੀ ਕਹਿੰਦੇ ਨੇ। ਇਹ ਉਹੀ ਸ਼ਹਿਰ ਹੈ ਜਿਸ ਨੇ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਟ੍ਰੈਫਿਕ ਲਾਈਟਾਂ ਲਗਾਈਆਂ ਸਨ। ਇਹੀ ਸ਼ਹਿਰ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸ਼ੀਸ਼ੇ ਜਾਂ ਕਹੀਏ ਗਲਾਸ ਦੀ ਬਿਲਡਿੰਗ ਹੈ। ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਹਵਾਈ ਜਹਾਜ਼ ਉੱਡ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਬਲੈਕ ਬਾਕਸ ਲੱਗਿਆ ਹੁੰਦਾ ਹੈ ਉਸ ਦੀ ਕਾਢ ਵੀ ਇਸ ਸ਼ਹਿਰ ਦੇ ਵਿੱਚ ਹੀ ਕੱਢੀ ਗਈ ਸੀ। ਇੱਥੋਂ ਦੇ ਬੀਚ ਬਹੁਤ ਜ਼ਿਆਦਾ ਸੋਹਣੇ ਨੇ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਜੀ ਆਸਟ੍ਰੇਲੀਆ ਦੇ ਇੱਕ ਬਹੁਤ ਸੋਹਣੇ ਸ਼ਹਿਰ ਮੈਲਬੌਰਨ ਦੀ। ਇਸ ਸ਼ਹਿਰ ਨੂੰ ਆਸਟ੍ਰੇਲੀਆ ਦੇ ਲੋਕਲ ਲੋਕ ਗ੍ਰੇਟਰ ਮੈਲਬੌਰਨ ਦੇ ਨਾਮ ਨਾਲ ਵੀ ਜਾਣਦੇ ਨੇ। ਇੱਥੋਂ ਦੀ ਕੁੱਲ ਆਬਾਦੀ 50 ਲੱਖ ਦੇ ਆਸ-ਪਾਸ ਹੈ ਤੇ ਇਹ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਨਾਲ ਹੀ ਮੈਲਬੌਰਨ ਨੂੰ ਆਸਟ੍ਰੇਲੀਆ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਵੀ ਮੰਨਿਆ ਜਾਂਦਾ ਹੈ। ਮੈਲਬੌਰਨ ਦੇ ਵਿੱਚ ਰਹਿਣ ਵਾਲੇ ਲੋਕ ਵੀ ਆਪ ਇਸ ਸ਼ਹਿਰ ਦੀ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ। ਪੂਰੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਡਸਟਬੀਨ ਵੀ ਤੁਹਾਨੂੰ ਮੈਲਬੌਰਨ ਸ਼ਹਿਰ ਦੇ ਵਿੱਚ ਹੀ ਮਿਲਣਗੇ। ਮੈਲਬੌਰਨ ਸ਼ਹਿਰ ਨੂੰ ਬੈਟਮੈਨੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਬਹੁਤ ਘੱਟ ਲੋਕਾਂ ਨੂੰ ਇਸ ਦੇ ਬਾਰੇ ਪਤਾ ਹੋਵੇਗਾ। ਅਸਲ ਦੇ ਵਿੱਚ ਜੌਨ ਬੈਟਮੈਨ ਮੈਲਬੌਰਨ ਸ਼ਹਿਰ ਦੇ ਫਾਊਂਡਰ ਸਨ, ਉਹਨਾਂ ਕਰਕੇ ਵੀ ਇਸ ਸ਼ਹਿਰ ਨੂੰ ਬੈਟਮੈਨੀਆ ਕਿਹਾ ਜਾਂਦਾ ਸੀ। ਮੈਲਬੌਰਨ ਸ਼ਹਿਰ ਦੇ ਵਿੱਚ ਤੁਹਾਨੂੰ ਲੂੰਬੜੀਆਂ ਬਹੁਤ ਸਾਰੀਆਂ ਦੇਖਣ ਨੂੰ ਮਿਲਣਗੀਆਂ। ਇੱਥੇ ਪਰ ਸਕੁਅਰ ਕਿਲੋਮੀਟਰ ਦੇ ਵਿੱਚ 15 ਤੋਂ 20 ਲੂੰਬੜੀਆਂ ਰਹਿੰਦੀਆਂ ਨੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਲਬੌਰਨ ਸ਼ਹਿਰ ਨੂੰ ਸਪੋਰਟਸ ਕੈਪੀਟਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਵੀ ਮੈਲਬੌਰਨ ਦੇ ਵਿੱਚ ਹੀ ਹੈ। ਤੁਸੀਂ ਇੱਥੇ ਕਈ ਮੈਚ ਇੰਡੀਅਨ ਟੀਮ ਦੇ ਜਾਂ ਹੋਰ ਟੀਮਾਂ ਦੇ ਦੇਖੇ ਹੋਣਗੇ। ਜੇਕਰ ਤੁਹਾਨੂੰ ਖਾਣ ਪੀਣ ਦਾ ਸ਼ੌਂਕ ਹੈ ਤਾਂ ਪੂਰੇ ਆਸਟ੍ਰੇਲੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਟੇਸਟੀ ਖਾਣਾ ਵੀ ਮੈਲਬੌਰਨ ਦੇ ਵਿੱਚ ਹੀ ਮਿਲਦਾ ਹੈ। ਆਸਟ੍ਰੇਲੀਆ ਦੇ ਲੋਕਲ ਖਾਣੇ ਦੇ ਨਾਲ ਨਾਲ ਹੀ ਮੈਲਬੌਰਨ ਦੇ ਵਿੱਚ ਤੁਹਾਨੂੰ ਦੁਨੀਆ ਦੇ ਹਰ ਦੇਸ਼ ਦਾ ਖਾਣਾ ਖਾਣ ਨੂੰ ਮਿਲ ਜਾਵੇਗਾ। ਮੈਲਬੌਰਨ ਦੇ ਵਿੱਚ ਲੋਕ ਕੰਗਾਰੂ ਦੇ ਮੀਟ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਇੱਥੇ ਕੰਗਾਰੂ ਕੜੀ ਬਹੁਤ ਜ਼ਿਆਦਾ ਮਸ਼ਹੂਰ ਹੈ। ਮੈਲਬੌਰਨ ਦੇ ਵਿੱਚ ਲੋਕ ਪੀਜ਼ੇ ਨੂੰ ਬਹੁਤ ਚਾਅ ਦੇ ਨਾਲ ਖਾਂਦੇ ਨੇ। ਜਿੰਨਾ ਪੂਰੇ ਆਸਟ੍ਰੇਲੀਆ ਦੇ ਵਿੱਚ ਪੀਜ਼ਾ ਖਾਧਾ ਜਾਂਦਾ ਹੈ ਉਸ ਦਾ 40% ਤਾਂ ਇਕੱਲੇ ਮੈਲਬੌਰਨ ਦੇ ਵਿੱਚ ਹੀ ਖਾਧਾ ਜਾਂਦਾ ਹੈ। ਮੈਲਬੌਰਨ ਵਾਈਨ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਹੈ। ਇੱਥੋਂ ਦੀ ਵਾਈਨ ਪੂਰੀ ਦੁਨੀਆ ਦੇ ਵਿੱਚ ਐਕਸਪੋਰਟ ਕੀਤੀ ਜਾਂਦੀ ਹੈ ਤੇ ਵਾਈਨ ਦੇ ਕਾਰਨ ਹੀ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਪੈਸਾ ਵੀ ਕਮਾਉਂਦੇ ਨੇ। ਨਾਲ ਹੀ ਮੈਲਬੌਰਨ ਦੇ ਵਿੱਚ ਗੰਨੇ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਹੈ। ਇੱਥੇ ਕਿਸਾਨ ਬਣਨਾ ਇੱਕ ਮਾਣ ਵਾਲੀ ਗੱਲ ਸਮਝਿਆ ਜਾਂਦਾ ਹੈ। ਇੱਥੇ ਕਿਸਾਨ ਕਾਫੀ ਜ਼ਿਆਦਾ ਕਮਾਈ ਕਰਦੇ ਨੇ ਹੋਰ ਦੇਸ਼ਾਂ ਦੇ ਮੁਕਾਬਲੇ। ਪੂਰੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਪੈਸੇ ਵਾਲੇ ਲੋਕ ਵੀ ਮੈਲਬੌਰਨ ਦੇ ਵਿੱਚ ਹੀ ਰਹਿੰਦੇ ਨੇ। ਸਾਲ 1880 ਦੇ ਵਿੱਚ ਮੈਲਬੌਰਨ ਸ਼ਹਿਰ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਬਣ ਗਿਆ ਸੀ, ਪਰ ਅੱਜ ਵੀ ਇਹ ਦੁਨੀਆ ਦੇ ਅਮੀਰ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਹੈ। ਪੂਰੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਮ ਵੀ ਮੈਲਬੌਰਨ ਸ਼ਹਿਰ ਦੇ ਵਿੱਚ ਹੀ ਹਨ। ਇਸ ਕਰਕੇ ਇੱਥੋਂ ਦੇ ਲੋਕ ਕਾਫੀ ਜ਼ਿਆਦਾ ਫਿੱਟ ਨੇ ਤੇ ਇੰਨੇ ਜ਼ਿਆਦਾ ਜਿਮ ਹੋਣ ਦੇ ਬਾਵਜੂਦ ਵੀ ਜਦੋਂ ਮੈਲਬੌਰਨ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਜਿਮ 'ਚ ਜਾਓਗੇ ਤੁਹਾਨੂੰ ਉਹ ਜਿਮ ਫੁੱਲ ਹੀ ਮਿਲੇਗਾ। ਮੈਲਬੌਰਨ ਸ਼ਹਿਰ ਦੇ ਪੁਰਾਣੇ ਲੋਕ ਕਾਫੀ ਜ਼ਿਆਦਾ ਅਜੀਬ ਸਨ। ਜਿਵੇਂ ਕਿ ਇੱਥੇ ਸਾਲ 1966 ਤੱਕ ਇਹ ਲਾਅ ਸੀ ਕਿ ਇੱਥੋਂ ਦੇ ਪੱਬ ਸ਼ਾਮ 6 ਵਜੇ ਤੱਕ ਹੀ ਖੁੱਲੇ ਰਹਿਣਗੇ, ਯਾਨੀ ਕਿ ਇੱਥੋਂ ਦੇ ਪੱਬ ਦਿਨੇ ਦਿਨੇ ਹੀ ਖੁੱਲਣਗੇ, ਸ਼ਾਮ ਨੂੰ 6 ਵਜੇ ਤੋਂ ਬਾਅਦ ਬੰਦ ਹੋ ਜਾਣਗੇ। ਯਾਨੀ ਕਿ ਜੇਕਰ ਉਸ ਟਾਈਮ ਕਿਸੇ ਨੇ ਸ਼ਰਾਬ ਪੀਣੀ ਹੁੰਦੀ ਸੀ ਤਾਂ ਉਸ ਨੂੰ ਦਿਨੇ ਦਿਨੇ ਹੀ ਪੱਬ ਦੇ ਵਿੱਚ ਜਾ ਕੇ ਸ਼ਰਾਬ ਪੀਣੀ ਪੈਂਦੀ ਸੀ, ਪਰ ਸਾਲ 1966 ਤੋਂ ਬਾਅਦ ਇਹ ਲਾਅ ਨੂੰ ਬਦਲ ਦਿੱਤਾ ਗਿਆ। ਦੁਨੀਆ ਦੀ ਸਭ ਤੋਂ ਪਹਿਲੀ ਫੀਚਰ ਫਿਲਮ ਦਾ ਸਟੋਰੀ ਆਫ ਕੈਲੀ ਗੈਂਗ ਵੀ ਮੈਲਬੌਰਨ ਦੇ ਵਿੱਚ ਹੀ ਸ਼ੂਟ ਕੀਤੀ ਗਈ ਸੀ। ਇਸ ਫਿਲਮ ਦੀ ਸ਼ੂਟਿੰਗ ਇੱਥੇ ਸਾਲ 1906 ਦੇ ਵਿੱਚ ਹੋਈ ਸੀ। ਮੈਲਬੌਰਨ ਸ਼ਹਿਰ ਦੇ ਲੋਕ ਕਾਫੀ ਜ਼ਿਆਦਾ ਬਿਜੀ ਲਾਈਫ ਜਿਉਂਦੇ ਨੇ, ਇੱਥੋਂ ਦੇ ਲੋਕਾਂ ਕੋਲ ਖਾਲੀ ਸਮਾਂ ਬਿਲਕੁਲ ਵੀ ਨਹੀਂ ਹੁੰਦਾ। ਸਾਲ 1956 ਦੇ ਵਿੱਚ ਮੈਲਬੌਰਨ ਦੁਨੀਆ ਦਾ ਪਹਿਲਾ ਸ਼ਹਿਰ ਬਣਿਆ ਜਿਸ ਨੇ ਨਾਰਥ ਅਮਰੀਕਾ ਤੇ ਯੂਰਪ ਤੋਂ ਬਾਹਰ ਪਹਿਲੀ ਵਾਰ ਓਲੰਪਿਕ ਖੇਡਾਂ ਨੂੰ ਹੋਸਟ ਕੀਤਾ ਸੀ। ਸਾਲ 1956 ਦੇ ਵਿੱਚ ਇਸ ਇਕੱਲੇ ਸ਼ਹਿਰ ਨੇ ਓਲੰਪਿਕ ਖੇਡਾਂ ਨੂੰ ਹੋਸਟ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਸਾਲ 1901 ਤੋਂ ਲੈ ਕੇ 1927 ਤੱਕ ਮੈਲਬੌਰਨ ਹੀ ਆਸਟ੍ਰੇਲੀਆ ਦੀ ਰਾਜਧਾਨੀ ਸੀ। ਹਾਲਾਂਕਿ ਉਸ ਤੋਂ ਬਾਅਦ ਸਿਡਨੀ ਅਤੇ ਮੈਲਬੌਰਨ ਦੇ ਵਿਚਕਾਰ ਹਮੇਸ਼ਾ ਕਸ਼ਮਕਸ਼ ਚੱਲਦੀ ਰਹੀ ਆਸਟ੍ਰੇਲੀਆ ਦੀ ਰਾਜਧਾਨੀ ਬਣਨ ਲਈ, ਪਰ ਅੱਜ ਵੀ ਮੈਲਬੌਰਨ ਨੂੰ ਆਸਟ੍ਰੇਲੀਆ ਦੀ ਫਾਈਨੈਂਸ਼ੀਅਲ ਕੈਪੀਟਲ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੀਆਂ ਕੰਪਨੀਆਂ ਦੇ ਵੱਡੇ ਵੱਡੇ ਆਫਿਸ ਨੇ। ਮੈਲਬੌਰਨ ਦੇ ਚਾਈਨਾ ਟਾਊਨ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਟਾਊਨ ਮੰਨਿਆ ਜਾਂਦਾ ਹੈ। ਇਸ ਚਾਈਨਾ ਟਾਊਨ ਨੂੰ 1851 ਦੇ ਵਿੱਚ ਬਣਾਇਆ ਗਿਆ ਸੀ ਜਦੋਂ ਚੀਨੀ ਲੋਕ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਸੋਨਾ ਲੱਭਣ ਆਏ ਸਨ। ਮੈਲਬੌਰਨ ਦੀਆਂ ਕੁੜੀਆਂ ਨੂੰ ਕਾਫੀ ਜ਼ਿਆਦਾ ਫਰੈਂਕ ਮੰਨਿਆ ਜਾਂਦਾ ਹੈ। ਪੂਰੇ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਜ਼ਿਆਦਾ ਫਰੈਂਕ ਤੇ ਸੋਹਣੀਆਂ ਕੁੜੀਆਂ ਹੋਰ ਕਿਤੇ ਵੀ ਨਹੀਂ। ਲੋਕਾਂ ਦਾ ਮੰਨਣਾ ਹੈ ਕਿ ਇੱਥੋਂ ਦੀਆਂ ਕੁੜੀਆਂ ਬਹੁਤ ਜ਼ਿਆਦਾ ਮਿਲਣਸਾਰ ਹੁੰਦੀਆਂ ਨੇ ਤੇ ਬਹੁਤ ਜਲਦੀ ਇੱਕ ਦੂਜੇ ਦੇ ਨਾਲ ਘੁਲ ਜਾਂਦੀਆਂ ਨੇ। ਪੂਰੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਉੱਚੀਆਂ ਇਮਾਰਤਾਂ ਵੀ ਮੈਲਬੌਰਨ ਦੇ ਵਿੱਚ ਹੀ ਹਨ। ਸਭ ਤੋਂ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਸ ਇਕੱਲੇ ਸ਼ਹਿਰ ਦੇ ਵਿੱਚ ਹੀ 300 ਤੋਂ ਜ਼ਿਆਦਾ ਸਕਾਈ ਸਕ੍ਰੇਪਰ ਮੌਜੂਦ ਨੇ। ਮੈਲਬੌਰਨ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਟ੍ਰੈਮ ਚੱਲਦੀ ਹੈ। ਪੂਰੇ ਮੈਲਬੌਰਨ ਸ਼ਹਿਰ ਦੇ ਵਿੱਚ 1700 ਟ੍ਰੈਮ ਦੇ ਸਟੇਸ਼ਨ ਹਨ, ਯਾਨੀ ਕਿ ਮੈਲਬੌਰਨ ਸ਼ਹਿਰ ਦੇ ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਇਸ ਟ੍ਰੈਮ ਦੇ ਜ਼ਰੀਏ ਜਾ ਸਕਦੇ ਹੋ। ਪੂਰੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵਧੀਆ ਨਾਈਟ ਲਾਈਫ ਵੀ ਇਸੇ ਸ਼ਹਿਰ ਯਾਨੀ ਕਿ ਮੈਲਬੌਰਨ ਦੀ ਹੀ ਹੈ। ਤੁਸੀਂ ਦੇਰ ਰਾਤ ਤੱਕ ਮੈਲਬੌਰਨ ਦੇ ਵਿੱਚ ਘੁੰਮ ਸਕਦੇ ਹੋ ਕਿਉਂਕਿ ਇਹ ਸ਼ਹਿਰ ਨੂੰ ਬਹੁਤ ਜ਼ਿਆਦਾ ਸੇਫ ਮੰਨਿਆ ਜਾਂਦਾ ਹੈ। ਆਸਟ੍ਰੇਲੀਆ ਦੇ ਕਿਸੇ ਹੋਰ ਸ਼ਹਿਰ ਦੇ ਮੁਕਾਬਲੇ ਇੱਥੇ ਕ੍ਰਾਈਮ ਰੇਟ ਬਹੁਤ ਘੱਟ ਹੈ, ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਘੁੰਮਣ ਆਉਂਦੇ ਨੇ। ਮੈਲਬੌਰਨ ਸ਼ਹਿਰ ਦੇ ਵਿੱਚ ਮੌਸਮ ਬਹੁਤ ਜਲਦੀ ਬਦਲਦਾ ਹੈ ਤੇ ਇੱਥੇ ਇੱਕ ਦਿਨ ਦੇ ਵਿੱਚ ਤੁਸੀਂ
10,000 पेड़ पौद्यां दीआं नसलां लगियां होईआं ने। मेलबोर्न आस्ट्रेलिया दा पहला ओह शहर है जिथे सब तों पहला रेडियो दा प्रसारण शुरू होया सी। अज वी इत्थों दे लोक काफी ज्यादा रेडियो नूं सुणदे ने। मेलबोर्न शहर दे विच ही हवाई जहाज दे ब्लैक बॉक्स दी काढ कढ़ी गई सी। ब्लैक बॉक्स हुण दुनिया दे हर इक हवाई जहाज दे विच लग्गिया हुंदा है, जिस दे कारण सानूं हवाई जहाज दी निक्की तों निक्की डिटेल बारे वी पता लगदा है। मेलबोर्न दे डाक्टर डेविड ब्राउन ने ब्लैक बॉक्स दी काढ 1954 दे विच कढ़ी सी। हुण मैं तुहानूं दस्सदा कि जेकर तुसीं मेलबोर्न घूमना चाहुंदे हो तां तुहाडा किन्ना खर्चा आवेगा ते इत्थों दा वीजा प्रोसैस की है ते किन्ने दिनां दे विच तुसीं मेलबोर्न शहर नूं देख सकदे हो पूरे दा पूरा। जेकर तुहाडे सारे डॉक्यूमेंट वगैरह पूरे ने तां तुहानूं आस्ट्रेलिया दा वीजा 20 दिन दे विच विच मिल जाएगा। 6 तों 8 दिनां दे विच विच तुसीं पूरे मेलबोर्न शहर नूं देख सकदे हो चंगी तरह दे नाल। जेकर तुसीं कल्ले हो तां तुहाडा 6 तों 8 दिनां दे विच मेलबोर्न शहर दे विच रहण दा ते घूमण फिरण दा जिहड़ा खर्चा आवेगा ओह होवेगा 1.5 to 2 lakh रुपया इंडिया दा। तुसीं आस्ट्रेलिया जां मेलबोर्न दे विच रहिंदे हो तां कमेंट जरूर करना, साडे यूट्यूब दे चैनल ज्योति वनजूर सबसक्राइब करना। धन्यवाद।